ਲੜਕੀ ਹਰਪ੍ਰੀਤ ਕੌਰ ਸੀ, ਸ਼ਾਦੀਸ਼ੁਦਾ ਸੀ, 25-26 ਸਾਲ ਇਹਦੀ ਏਜ ਸੀ, ਅਤੇ ਇਹਨੂੰ ਇਹਦੇ ਹਸਬੈਂਡ ਨੇ ਕੱਲ੍ਹ ਕਤਲ ਕਰ ਦਿੱਤਾ। ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੈਂਡ, ਇਸ ਵਜ੍ਹਾ ਕਰਕੇ ਉਹਨੇ ਕਤਲ ਕੀਤਾ। ਬਾਕੀ ਤਫਤੀਸ਼ ਜਾਰੀ ਹੈ। ਬੱਚੇ ਜੀ ਲੜਕੀ ਹਰਪ੍ਰੀਤ ਕੌਰ ਸੀ, ਸ਼ਾਦੀਸ਼ੁਦਾ ਸੀ, 25-26 ਸਾਲ ਇਹਦੀ ਏਜ ਸੀ, ਇਹਨੂੰ ਇਹਦੇ ਹਸਬੈਂਡ ਨੇ ਕੱਲ੍ਹ ਕਤਲ ਕਰ ਦਿੱਤਾ, ਅਤੇ ਜਿਹਦੇ ਅਸੀਂ ਡੈਡ ਬੋਡੀ ਕਬਜ਼ੇ 'ਚ ਲੈ ਕੇ ਹੁਣ ਇਹਦਾ ਪੋਸਟਮਾਰਟਮ ਕਰਵਾ ਰਹੇ ਹਾਂ। ਸਰ ਪੂਰੀ ਕੀ ਮਾਮਲਾ ਸੀਗਾ, ਕਿਸ ਗੱਲ ਨੂੰ ਲੈ ਕੇ ਨਹੀਂ ਕੀਤਾ ਹੈ? ਇਹ ਜੀ ਕੋਈ ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੈਂਡ, ਇਸ ਵਜ੍ਹਾ ਕਰਕੇ ਉਹਨੇ ਕਤਲ ਕੀਤਾ। ਬਾਕੀ ਤਫਤੀਸ਼ ਜਾਰੀ ਹੈ। ਸਰ ਗੱਲ ਕਰੀਏ ਤਾਂ ਕਿਸ ਹਥਿਆਰ ਨਾਲ ਉਹਨੂੰ ਜਿਹੜਾ ਮਾਰਿਆ ਗਿਆ ਜੀ? ਇਹ ਅਜੇ ਅਸੀਂ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਦੱਸਾਂਗੇ। ਕੋਈ ਤੇਜ਼ ਧਾਰ ਹਥਿਆਰ ਸੀ ਭਾਰੀ, ਜਿਹਦੇ ਨਾਲ ਉਹਦੇ ਸਿਰ 'ਤੇ ਸੱਟਾਂ ਨੇ ਦੋ, ਅਤੇ ਇਸ ਤੋਂ ਇਲਾਵਾ ਬਾਂਹ 'ਤੇ ਵੀ ਸੱਟ ਹੈਗੀ ਹੈ। ਵੈਪਨ ਰਿਕਵਰ ਕਰਾ ਕੇ ਫਿਰ ਤੁਹਾਨੂੰ ਦੱਸਦਾ। ਸਰ ਮ੍ਰਿਤਕਾ ਕੀ ਕੰਮ ਕਰਦੀ ਸੀ ਅਤੇ ਇਹਦੇ ਘਰ ਵਾਲਾ ਕੀ ਕੰਮ ਕਰਦਾ ਸੀਗਾ? ਇਹ ਜੀ ਲੇਬਰ ਦਾ ਕੰਮ ਹੀ ਕਰਦੇ ਸੀ। ਜਿਹੜਾ ਇਹਦਾ ਘਰ ਵਾਲਾ ਇੰਦਰਜੀਤ ਸਿੰਘ ਹੈ, ਇਹ ਇੱਥੇ ਕੋਈ ਫੈਕਟਰੀ ਹੈ ਉੱਥੇ ਲੇਬਰ ਦਾ ਕੰਮ ਕਰਦਾ ਸੀ, ਅਤੇ ਲੜਕੀ ਕੋਈ ਇੱਥੇ ਇੱਕ ਕੱਪੜੇ ਦੀ ਦੁਕਾਨ ਹੈ ਪਲੱਸ ਕੋਈ ਹੋਰ ਜਿੰਮ ਵਗੈਰਾ ਹੈਗੀ ਹੈ, ਉੱਥੇ ਕੰਮ ਕਰਦੀ ਸੀ। ਸਰ ਦੋਸ਼ੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਕਦੋਂ ਕੁ ਤੱਕ ਪੋਸੀਬਲ ਹੈ ਜੀ? ਜਲਦੀ ਕਰ ਲਾਂਗੇ। ਲੜਕੀ ਹਰਪ੍ਰੀਤ ਕੌਰ ਸੀ, ਸ਼ਾਦੀਸ਼ੁਦਾ ਸੀ, 25-26 ਸਾਲ ਇਹਦੀ ਏਜ ਸੀ, ਇਹਨੂੰ ਇਹਦੇ ਹਸਬੈਂਡ ਨੇ ਕੱਲ੍ਹ ਕਤਲ ਕਰ ਦਿੱਤਾ। ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੈਂਡ, ਇਸ ਵਜ੍ਹਾ ਕਰਕੇ ਉਹਨੇ ਕਤਲ ਕੀਤਾ। ਬਾਕੀ ਤਫਤੀਸ਼ ਜਾਰੀ ਹੈ। ਬੱਚੇ ਜੀ ਲੜਕੀ ਹਰਪ੍ਰੀਤ ਕੌਰ ਸੀ, ਸ਼ਾਦੀਸ਼ੁਦਾ ਸੀ, 25-26 ਸਾਲ ਇਹਦੀ ਏਜ ਸੀ, ਇਹਨੂੰ ਇਹਦੇ ਹਸਬੈਂਡ ਨੇ ਕੱਲ੍ਹ ਕਤਲ ਕਰ ਦਿੱਤਾ, ਅਤੇ ਜਿਹਦੇ ਅਸੀਂ ਡੈਡ ਬੋਡੀ ਕਬਜ਼ੇ 'ਚ ਲੈ ਕੇ ਹੁਣ ਇਹਦਾ ਪੋਸਟਮਾਰਟਮ ਕਰਵਾ ਰਹੇ ਹਾਂ। ਸਰ ਪੂਰੀ ਕੀ ਮਾਮਲਾ ਸੀਗਾ, ਕਿਸ ਗੱਲ ਨੂੰ ਲੈ ਕੇ ਨਹੀਂ ਕੀਤਾ ਹੈ? ਇਹ ਜੀ ਕੋਈ ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੈਂਡ, ਇਸ ਵਜ੍ਹਾ ਕਰਕੇ ਉਹਨੇ ਕਤਲ ਕੀਤਾ। ਬਾਕੀ ਤਫਤੀਸ਼ ਜਾਰੀ ਹੈ। ਸਰ ਗੱਲ ਕਰੀਏ ਤਾਂ ਕਿਸ ਹਥਿਆਰ ਨਾਲ ਉਹਨੂੰ ਜਿਹੜਾ ਮਾਰਿਆ ਗਿਆ ਜੀ? ਇਹ ਅਜੇ ਅਸੀਂ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਦੱਸਾਂਗੇ। ਕੋਈ ਤੇਜ਼ ਧਾਰ ਹਥਿਆਰ ਸੀ ਭਾਰੀ, ਜਿਹਦੇ ਨਾਲ ਉਹਦੇ ਸਿਰ 'ਤੇ ਸੱਟਾਂ ਨੇ ਦੋ, ਅਤੇ ਇਸ ਤੋਂ ਇਲਾਵਾ ਬਾਂਹ 'ਤੇ ਵੀ ਸੱਟ ਹੈਗੀ ਹੈ, ਵੈਪਨ ਰਿਕਵਰ ਕਰਾ ਕੇ ਫਿਰ ਤੁਹਾਨੂੰ ਦੱਸਦਾ। ਸਰ ਮ੍ਰਿਤਕਾ ਕੀ ਕੰਮ ਕਰਦੀ ਸੀ ਅਤੇ ਇਹਦੇ ਘਰ ਵਾਲਾ ਕੀ ਕੰਮ ਕਰਦਾ ਸੀਗਾ? ਇਹ ਜੀ ਲੇਬਰ ਦਾ ਕੰਮ ਹੀ ਕਰਦੇ ਸੀ। ਜਿਹੜਾ ਇਹਦਾ ਘਰ ਵਾਲਾ ਇੰਦਰਜੀਤ ਸਿੰਘ ਹੈ, ਇਹ ਇੱਥੇ ਕੋਈ ਫੈਕਟਰੀ ਹੈ ਉੱਥੇ ਲੇਬਰ ਦਾ ਕੰਮ ਕਰਦਾ ਸੀ, ਅਤੇ ਲੜਕੀ ਕੋਈ ਇੱਥੇ ਇੱਕ ਕੱਪੜੇ ਦੀ ਦੁਕਾਨ ਹੈ ਪਲੱਸ ਕੋਈ ਹੋਰ ਜਿੰਮ ਵਗੈਰਾ ਹੈਗੀ ਹੈ, ਉੱਥੇ ਕੰਮ ਕਰਦੀ ਸੀ। ਸਰ ਦੋਸ਼ੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਕਦੋਂ ਕੁ ਤੱਕ ਪੋਸੀਬਲ ਹੈ ਜੀ? ਜਲਦੀ ਕਰ ਲਾਂਗੇ। ਲੜਕੀ ਹਰਪ੍ਰੀਤ ਕੌਰ ਸੀ, ਸ਼ਾਦੀਸ਼ੁਦਾ ਸੀ, 25-26 ਸਾਲ ਇਹਦੀ ਏਜ ਸੀ, ਇਹਨੂੰ ਇਹਦੇ ਹਸਬੈਂਡ ਨੇ ਕੱਲ੍ਹ ਕਤਲ ਕਰ ਦਿੱਤਾ। ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੈਂਡ, ਇਸ ਵਜ੍ਹਾ ਕਰਕੇ ਉਹਨੇ ਕਤਲ ਕੀਤਾ। ਬਾਕੀ ਤਫਤੀਸ਼ ਜਾਰੀ ਹੈ। ਬੱਚੇ ਜੀ ਲੜਕੀ ਹਰਪ੍ਰੀਤ ਕੌਰ ਸੀ, ਸ਼ਾਦੀਸ਼ੁਦਾ ਸੀ, 25-26 ਸਾਲ ਇਹਦੀ ਏਜ ਸੀ, ਇਹਨੂੰ ਇਹਦੇ ਹਸਬੈਂਡ ਨੇ ਕੱਲ੍ਹ ਕਤਲ ਕਰ ਦਿੱਤਾ, ਅਤੇ ਜਿਹਦੇ ਅਸੀਂ ਡੈਡ ਬੋਡੀ ਕਬਜ਼ੇ 'ਚ ਲੈ ਕੇ ਹੁਣ ਇਹਦਾ ਪੋਸਟਮਾਰਟਮ ਕਰਵਾ ਰਹੇ ਹਾਂ। ਸਰ ਪੂਰੀ ਕੀ ਮਾਮਲਾ ਸੀਗਾ, ਕਿਸ ਗੱਲ ਨੂੰ ਲੈ ਕੇ ਨਹੀਂ ਕੀਤਾ ਹੈ? ਇਹ ਜੀ ਕੋਈ ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੈਂਡ, ਇਸ ਵਜ੍ਹਾ ਕਰਕੇ ਉਹਨੇ ਕਤਲ ਕੀਤਾ। ਬਾਕੀ ਤਫਤੀਸ਼ ਜਾਰੀ ਹੈ।
ਸਰ ਗੱਲ ਕਰੀਏ ਤਾਂ ਕਿਸ ਹਥਿਆਰ ਨਾਲ ਉਹਨੂੰ ਜਿਹੜਾ ਮਾਰਿਆ ਗਿਆ ਜੀ? ਇਹ ਅਜੇ ਅਸੀਂ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਦੱਸਾਂਗੇ। ਕੋਈ ਤੇਜ਼ ਧਾਰ ਹਥਿਆਰ ਸੀ ਭਾਰੀ, ਜਿਹਦੇ ਨਾਲ ਉਹਦੇ ਸਿਰ 'ਤੇ ਸੱਟਾਂ ਨੇ ਦੋ, ਅਤੇ ਇਸ ਤੋਂ ਇਲਾਵਾ ਬਾਂਹ 'ਤੇ ਵੀ ਸੱਟ ਹੈਗੀ ਆ। ਵੈਪਨ ਰਿਕਵਰ ਕਰਾ ਕੇ ਤੁਹਾਨੂੰ ਦੱਸਦਾ। ਸਰ ਮ੍ਰਿਤਕਾ ਕੀ ਕੰਮ ਕਰਦੀ ਸੀ ਅਤੇ ਇਹਦੇ ਘਰਵਾਲਾ ਕੀ ਕੰਮ ਕਰਦਾ ਸੀਗਾ? ਇਹ ਜੀ ਲੇਬਰ ਦਾ ਕੰਮ ਹੀ ਕਰਦੇ ਸੀ। ਜਿਹੜਾ ਇਹਦਾ ਘਰਵਾਲਾ ਇੰਦਰਜੀਤ ਸਿੰਘ ਹੈ, ਇਹ ਇੱਥੇ ਕੋਈ ਫੈਕਟਰੀ ਹੈ ਉੱਥੇ ਲੇਬਰ ਦਾ ਕੰਮ ਕਰਦਾ ਸੀ, ਅਤੇ ਲੜਕੀ ਕੋਈ ਇੱਥੇ ਇੱਕ ਕੱਪੜੇ ਦੀ ਦੁਕਾਨ ਹੈ ਪਲੱਸ ਕੋਈ ਹੋਰ ਜਿੰਮ ਵਗੈਰਾ ਹੈਗੀ ਹੈ ਉੱਥੇ ਕੰਮ ਕਰਦੀ ਸੀ। ਸਰ ਦੋਸ਼ੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਕਦੋਂ ਕੁ ਤੱਕ ਪੋਸੀਬਲ ਹੈ ਜੀ? ਜਲਦੀ ਕਰ ਲਾਂਗੇ।